ऑटो चढ़ जाओ भाई। बारिश पै रही है बट पता नहीं चल रहा, देखो मीह पै रहा भैन भरा, मैनू राल नहीं दिंदे तूने भैन भरा। गुड़गांव हवाई अड्डा टर्मिनल 3 नाल ही है, इतों 1 किलोमीटर 1.5 किलोमीटर ही है। ठेके ते लाइना लगिया मित्रो, देखो जी ठेके ते लाइना लगिया। दारू 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 एडिडास दी आउटलेट है, ऐसी देखना है। काफी कुछ है, ट्रैक सूट शू, ये तो एड्डा वड्डा है। पिज़्ज़ा ऑर्डर किया सी मीडियम X2 एक्स्ट्रा समोसा एक बर्गर खाली। किन्नी क लगी भुख, भुखड़ बहुत भुख लगी। दुध बॉयल कर दिया, दुध च पत्ती पा के पीवांगे। साडे ते गुस्सा करी जांदी आ दोनों जणियां ते बेचारियां ते। चल मेरी सारी डेटिंग खराब हो गई तेरे करके। आज जनाब दी डेटिंग डाइटिंग खराब हो गई। और लेटे पाए ने। चाह रेडी आ, दुध च पत्ती। ब्रेकफास्ट ये चा एग पुट जो तो आप खानी नहीं है ना, सैंडविच ओट्स आलू परांठा ते दही बनाना शेक फ्लेक्स टी चाय गरम चाय। ਨੈਗੇਟਿਵ ਆਈ ਹੈ ਤੇ ਚਲੋ ਤਾਂ ਹੁਣ ਉਹ ਹੋ ਗਿਆ ਤੇ ਹੁਣ ਜਿਹੜਾ
ਤੁਸੀਂ ਨਾ 48 ਆਵਰਸ ਪਹਿਲਾਂ ਜਿਹੜਾ ਯੂਕੇ ਪੈਸੇਂਜਰ ਲੋਕੇਟਰ ਫਾਰਮ ਉਹ ਜੋ ਵਿਦਿਨ ਤੁਸੀਂ ਫਿਲ ਕਰ ਤੇ ਉਸ ਦੇ ਵਿੱਚ ਉਸ ਤੋਂ ਪਹਿਲਾਂ ਉਹ ਫਾਰਮ ਫਿਲ ਕਰਨ ਤੋਂ ਪਹਿਲਾਂ ਤੁਸੀਂ ਜਿਹੜਾ ਉੱਥੇ ਡੇ 2 ਦਾ ਕੋਵਿਡ ਟੈਸਟ ਹੈ RT-PCR ਟੈਸਟ ਉਹ ਬੁੱਕ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਉਸ ਤੋਂ ਬਿਨਾਂ ਤੁਸੀਂ ਯੂਕੇ ਲੋਕੇਟਰ ਫਾਰਮ ਨਹੀਂ ਫਿਲ ਕਰ ਸਕਦੇ ਉਹਦੇ ਵਿੱਚ ਇੱਕ ਰੈਫਰੈਂਸ ID ਪੁੱਛਦੇ ਆ ਉਹ ਰੈਫਰੈਂਸ ID ਆਪਣੀ ਉਹ ਜਿਹੜੀ ਕੋਵਿਡ ਟੈਸਟ ਆਪਾਂ ਬੁੱਕ ਕਰਦੇ ਹਾਂ ਉਹਦੀ ਰੈਫਰੈਂਸ ID ਹੁੰਦੀ ਹੈ ਜਦੋਂ ਤੁਸੀਂ ਉੱਥੇ ਬੁੱਕ ਵਾਲੇ ਜਨਰੇਟ ਹੁੰਦੇ ਤੇ ਉਹ ਫਿਲ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਹੀ ਤੁਸੀਂ ਜਿਹੜਾ ਯੂਕੇ ਲੋਕੇਟਰ ਫਾਰਮ ਉਹ ਫਿਲ ਕਰ ਸਕਦੇ ਹੋ ਤੇ ਉਹ ਮੈਂ ਉੱਥੇ ਪਿਛਲੀ ਵਾਰ ਅਸੀਂ ਰੈਂਡੋਕਸ ਤੋਂ ਕਰਵਾਇਆ ਸੀ ਬਟ ਇਸ ਟਾਈਮ ਮੈਨੂੰ ਉਹਦੀ ਡੇਟ ਮਿਲੀ ਨਹੀਂ ਸਲੋਟ ਬਹੁਤ ਘੱਟ ਸੀਗੇ ਤੇ ਇਸ ਲਈ ਮੇਕ ਸ਼ੋਰ ਕਿ ਤੁਸੀਂ ਪਹਿਲਾਂ ਹੀ ਆਪਣਾ ਜਿਹੜਾ ਟੈਸਟ ਹੈ ਬੁੱਕ ਕਰਵਾਓ ਤੇ ਹੋਮ ਡਿਲੀਵਰੀ ਵੀ ਹੁਣ ਉਹ ਕਰਦੇ ਆ ਕਲਿਕ ਐਂਡ ਕਲੈਕਟ ਵਾਲਾ ਸਿਸਟਮ ਵੀ ਹੈ ਹੁਣ ਉਹ ਥੋੜਾ ਚੀਪ ਪੈ ਜਾਂਦਾ ਬਟ ਮੈਨੂੰ ਉਸ 'ਚ ਵੀ ਡੇਟ ਨਹੀਂ ਮਿਲੀ ਹੈਗੀ ਤੇ ਫਿਰ ਮੈਨੂੰ ਐਕਸਪ੍ਰੈਸ ਟੈਸਟ ਹੈ ਜਿਹੜਾ ਉੱਥੇ ਮੈਂ ਬੁੱਕ ਕਰਵਾਇਆ ਉਸ ਸਾਈਟ ਤੋਂ ਹਿਥਰੋ ਹੀ ਹੈ Terminal 3 ਤੇ ਅਤੇ ਉੱਥੇ ਮੇਰਾ ਬੁੱਕ ਹੋਇਆ ਉਹ £70 'ਚ ਨੈਕਸਟ ਡੇ ਮੈਂ 27 ਨੂੰ ਈਵਨਿੰਗ ਪਹੁੰਚਣਾ ਅਤੇ 28 ਨੂੰ ਮੇਰਾ ਉੱਥੇ ਟੈਸਟ ਹੈ ਉਹ ਅਤੇ ਫਿਰ ਦੇਖਦੇ ਹਾਂ ਜੇ ਉਹ ਰਿਪੋਰਟ ਤੁਹਾਡੀ ਪੋਜ਼ਿਟਿਵ ਆਉਂਦੇ ਤਾਂ ਆਈ ਥਿੰਕ ਸੈਲਫ ਆਈਸੋਲੇਟ ਹੈ 10 ਡੇਜ਼ 14 ਡੇਜ਼ ਦਾ ਕੁਛ ਉਹ ਦੇਖਦੇ ਹਾਂ ਉੱਥੇ ਜਾ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਅਤੇ ਹੁਣ ਇਹ ਸੀਗੀ ਜਿਹੜੀ ਜ਼ਰੂਰੀ ਡੀਟੇਲਸ ਤੁਹਾਨੂੰ ਫਲਾਈ ਕਰਨ ਤੋਂ ਪਹਿਲਾਂ ਜੋ ਜੋ ਤੁਸੀਂ ਰਿਕੁਆਇਰਮੈਂਟਸ ਨੇ ਬਾਕੀ ਹੁਣ ਬਸ ਜਾਣ ਲੱਗੇ ਹਾਂ ਵੈਸੇ ਮੇਰੀ ਆਫਟਰਨੂਨ ਦੀ ਫਲਾਈਟ ਹੈ 2 ਵਜੇ ਅਤੇ ਮੈਨੂੰ ਵਿਸਤਾਰਾ ਦੀ ਹੈ ਉਹੀ ਜਿਹੜੀ ਅਪ ਡਾਊਨ ਕਰਵਾਇਆ ਸੀਗਾ ਅਤੇ 2 ਘੰਟਿਆਂ ਦਾ ਮੈਸੇਜ ਆ ਚੁੱਕਿਆ ਸੀ ਕਿ 2 ਆਵਰਸ ਪਹਿਲਾਂ ਤੁਸੀਂ ਉੱਥੇ ਆਪਣਾ ਜਿਹੜਾ ਹੈਗਾ ਚੈੱਕ ਇਨ ਕਰਵਾ ਲੈਣਾ ਹੈ ਵੈਸੇ ਤਾਂ ਮੈਂ ਚੈੱਕ ਇਨ ਵੈਬ ਚੈੱਕ ਇਨ ਉਹਨਾਂ ਦਾ ਮੈਂਡੇਟਰੀ ਆ ਵੈਬ ਚੈੱਕ ਇਨ ਕਰਵਾ ਕਰ ਚੁੱਕੀ ਹਾਂ ਅਤੇ ਬੋਰਡਿੰਗ ਪਾਸ ਵੈਸੇ ਆਪਾਂ ਪ੍ਰਿੰਟ ਆਊਟ ਕਰ ਸਕਦੇ ਉੱਥੇ ਜਾ ਕੇ ਵੀ ਮਿਲ ਹੀ ਜਾਣੇ ਆ ਬਸ ਹੁਣ ਜਾਣ ਲੱਗੇ ਹਾਂ ਏਅਰਪੋਰਟ ਨੂੰ ਬਸ ਚੱਲਣ ਲੱਗੇ ਹਾਂ ਚੱਲੇ ਏਅਰਪੋਰਟ ਨੂੰ ਮਾਸਕ ਲਗਾ ਲਓ ਮਾਸਕ ਲਗਾ ਲਈਏ ਚਲੋ ਅੱਜ ਤਾਂ ਵੈਦਰ ਵੀ ਵਧੀਆ ਹੈ ਧੁੱਪ ਨਿਕਲ ਗਈ ਰਾਤੀ ਰੇਨ ਹੋ ਗਈ ਨਾ ਮੈਂ ਆਉਣਾ ਕਰਾਹੇ ਤੇ ਲੈ ਲੈ